पंजाबी गायक सिद्धू मूसेवाला जिन्हों का कतल कर दिता गया सी अज तो तकरीबन 6-7 महीने पहला अज उन्हां दे नाल संबंधित एक वड्डी खबर जिहड़ी है साडे तक पहुँच रही है। गोइंदवाल साहब की जेल दे विच दो मुलजम जिन्हां दे उत्ते इल्जाम सी कि सिद्धू नूं कतल करन दे विच उन्हां दा हाथ है अज उह दो मुलजमां दा जेल दे विच ही कतल कर दिता गया बहुत वड्डी खबर हैगी है। सो उहदे उत्ते आपां गलबात करदे हां। अच्छा भाजी किवें देखदे हो अज बड़ी वड्डी खबर आ रही है दो बंदे सी जिन्हां दे उत्ते इल्जाम सी कि नाल सीगे उस वेले कतल करन दे विच शूटर एज शूटर उन्हां दा अज कतल हो गया जेल दे विच। बड़ी कमाल दी गल लगदी है कि पहलां तां शूटर जिहड़े बाद च जवाक जे निकले ਵੱਡੀਆਂ ਵੱਡੀਆਂ ਰਫਲਾਂ ਜਿਹੜੀਆਂ ਗਵਰਨਮੈਂਟਾਂ ਕੋਲ ਵੀ ਨਹੀਂ ਹੁੰਦੀਆਂ ਸ਼ਾਇਦ ਹਨਾ ਜਾਂ ਜਿੱਦਾਂ ਹਾਈ ਲੈਵਲ ਫੋਰਸਿਸ ਕੋਲ ਹੋਣ ਤੇ ਉਹ ਆ ਕੇ ਇੱਕ ਸੈਲੀਬ੍ਰਿਟੀ ਨੂੰ ਮਾਰ ਦਿੰਦੇ ਜਿਹੜੇ ਵੇ ਹੁਣ ਪੰਥਕਵਾਦ ਚੱਕ ਰਿਹਾ ਸੀਗਾ ਫਿਰ ਇਹਨਾਂ ਨੂੰ ਫੜ ਲਿਆ ਜਾਂਦਾ ਹੌਲੀ ਹੌਲੀ ਪਰ ਹੁਣ ਇਹ ਵੀ ਜਿਹੜੇ ਮਾਰ ਦਿੱਤੇ ਜਾਂਦੇ ਦੋ ਗੱਲਾਂ ਹੋ ਸਕਦੀਆਂ ਇੱਕ ਤਾਂ ਹੋ ਸਕਦਾ ਕਿ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਸੀਗੇ ਹਨਾ ਜਿਹੜੀ ਉਸ ਜੀ ਸੋਚ ਰੱਖਦੇ ਸੀਗੇ ਵੀ ਇਹਨਾਂ ਨੇ ਗਲਤ ਕੀਤਾ ਉਹਨਾਂ ਨੇ ਕਰਤਾ ਹੋਵੇ ਮਤਲਬ ਜੇਲ੍ਹ ਦੇ ਅੰਦਰ ਹੀ ਹੋ ਗਿਆ ਜੇਲ੍ਹ ਦੇ ਅੰਦਰ ਹੀ ਹੋ ਗਿਆ ਨੈਚੁਰਲੀ ਹੋ ਗਿਆ ਕਹਿ ਲਓ ਹਨਾ ਇਹ ਚੀਜ਼ਾਂ ਹੋ ਜਾਂਦੀਆਂ ਜੇਲ੍ਹਾਂ ਪਰ ਇਹ ਵੀ ਹੋ ਸਕਦਾ ਕਿ ਜਿਹੜੀਆਂ ਏਜੰਸੀਆਂ ਜਾਂ ਜੋ ਵੀ ਪਿੱਛੇ ਸੀ ਇਸ ਚੀਜ਼ ਦੇ ਮਸ਼ੀਨਰੀ ਉਹਨਾਂ ਐਵੀਡੈਂਸ ਮਟਾਉਣ ਲਈ ਵੀ ਇਹਨਾਂ ਦਾ ਮੂੰਹ ਨਾ ਕਿਤੇ ਖੁੱਲ ਜਾਵੇ ਪਹਿਲਾਂ ਹੀ ਬੰਦ ਕਰ ਦਿਓ ਇਹ ਵੀ ਹੋ ਸਕਦੀ ਹੈ। ਓਕੇ ਓਕੇ ਮਤਲਬ ਇਹ ਵੀ ਫੈਕਟ ਹੋ ਸਕਦਾ ਤੁਹਾਡੇ ਮੁਤਾਬਕ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਉਹ ਮੂੰਹ ਖੋਲ ਦੇ ਤੇ ਉਹ ਸਾਰਾ ਕੁਝ ਜੇਲ੍ਹ ਦੇ ਵਿੱਚ ਹੀ ਕਰ ਦਿੱਤਾ ਜਾਵੇ ਇਹ ਤੁਹਾਡੀਆਂ ਗੱਲਾਂ 'ਚ ਕਿਤੇ ਨਾ ਕਿਤੇ ਦਮ ਲੱਗਦਾ ਹੈ ਕਿਉਂਕਿ ਬੇਅਦਬੀ ਦੇ ਦੋਸ਼ੀ ਕਈ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਹੀ ਸੋਧ ਦਿੱਤੇ ਗਏ ਹਨਾ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੋ ਉਹਦੇ ਤੋਂ ਵੀ ਇਹੀ ਗੱਲਾਂ ਉੱਠੀਆਂ ਸੀ ਕਿ ਇਹਨਾਂ ਨੇ ਜ਼ਬਾਨ ਖੋਲ ਦੇਣੀ ਸੀ ਜਾਂ ਕੋਈ ਐਵੀਡੈਂਸ ਬਾਹਰ ਦੇ ਦਿੰਦੇ ਇਸ ਤੋਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਹੀ ਕੰਮ ਕਰ ਦਿੱਤਾ ਗਿਆ ਦੂਜੀ ਤੁਸੀਂ ਜਿਹੜੀ ਗੱਲ ਦੱਸਦੇ ਹੋ ਕਿ ਹੋ ਸਕਦਾ ਕੋਈ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਸੀ ਜੇਲ੍ਹ ਦੇ ਵਿੱਚ ਤੇ ਉਹਨਾਂ ਵੱਲੋਂ ਇਹ ਕਤਲ ਕਰ ਦਿੱਤਾ ਗਿਆ ਹੋਊਗਾ ਬਿਲਕੁਲ ਸੋ ਜਿਹੜੇ ਇਦਾਂ ਦੇ ਬੱਚੇ ਜੇ ਸੀਗੇ ਜਿਨ੍ਹਾਂ ਨੇ ਇਹ ਕੀਤਾ ਹਨਾ ਯੰਗਸਟਰ ਸੀਗੇ ਇਹਨਾਂ ਕੋਲ ਐਕਸੈਸ ਹੋ ਹੀ ਨਹੀਂ ਸਕਦੀ ਇਹੋ ਜਿਹੇ ਅਸਲੇ ਤੇ ਹਥਿਆਰਾਂ ਤੇ ਸੋ ਜੇ ਕੋਈ ਪਿੱਛੇ ਵੱਡਾ ਕੰਮ ਕਰ ਰਿਹਾ ਫਿਰ ਹੀ ਉਹਨਾਂ ਤੱਕ ਪਹੁੰਚ ਸਕਦੇ ਹਨ। ਚਲੋ ਇਹ ਦੋ ਕਤਲ ਹੋ ਗਏ ਤੁਹਾਨੂੰ ਕੀ ਲੱਗਦਾ ਹੁਣ ਸਿੱਧੂ ਨੂੰ ਇਨਸਾਫ ਮਿਲ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਆਉਣ ਵਾਲਾ ਸਮਾਂ ਹੋਵੇ ਕਿ ਉਹ ਸਾਰੇ ਜਿਹੜੇ ਦੋਸ਼ੀ ਨੇ ਉਹ ਫੜੇ ਜਾਣ ਸੱਚਾਈ ਬਾਹਰ ਆਵੇ ਕਿ ਆਖਰ ਕੌਣ ਸੀਗਾ ਪਿੱਛੇ ਹਨਾ ਹੁਣ ਬਹੁਤ ਸਾਰੀਆਂ ਗੱਲਾਂ ਉੱਠ ਰਹੀਆਂ ਕੋਈ ਕਹਿੰਦਾ ਏਜੰਸੀਆਂ ਨੇ ਕਤਲ ਕਰਵਾਇਆ ਕੋਈ ਕਹਿੰਦਾ ਗਾਇਕਾਂ ਨੇ ਕਤਲ ਕਰਵਾ ਦਿੱਤਾ ਜਿਹਦੇ ਕੰਪੀਟੀਸ਼ਨ ਸੀਗਾ ਚੱਲਦਾ ਹੋਇਆ ਨਾ ਇੰਡਸਟਰੀ ਨੇ ਕਤਲ ਕਰਾਤਾ ਕੋਈ ਹੋਰ ਕੁਝ ਕਹਿ ਰਿਹਾ ਸੋ ਕੀ ਲੱਗਦਾ ਇਨਸਾਫ ਆਊਗਾ ਮਤਲਬ ਗੱਲਬਾਤ ਬਾਹਰ ਆਊਗੀ ਅਸਲੀ ਜਿਹੜੀ ਹੈ ਕਿਤੇ ਪੜਿਆ ਸੀਗਾ ਕਿ ਕਿੱਥੇ ਬੀਬੀ ਮਿਸਿੰਗ ਹੋ ਗਈ ਸੀਗੀ ਇੰਗਲਿਸ਼ ਲੇਡੀ ਹਨਾ ਤੇ ਉਹਨੂੰ ਕਈ ਦਿਨ ਲੱਗੇ ਸੀ ਲੱਭਣ ਨੂੰ ਕਹਿੰਦੇ ਜਿਹੜੇ ਕੁਛ ਪਹਿਲਾਂ ਘੰਟੇ ਹੁੰਦੇ ਆ ਨਾ ਉਹ ਬਹੁਤ ਜ਼ਰੂਰੀ ਹੁੰਦਾ ਜਦੋਂ ਨਹੀਂ ਇੱਦਾਂ ਕੋਈ ਮਿਸਿੰਗ ਹੋ ਜਾਵੇ ਜਾਂ ਮਰਡਰ ਹੋ ਜਾਵੇ ਉਹ ਜਿੱਦਾਂ ਜਿੱਦਾਂ ਫਿਰ ਟਾਈਮ ਪਈ ਜਾਂਦਾ ਉਹ ਐਵੀਡੈਂਸ ਵੀ ਖਰਾਬ ਹੋ ਜਾਂਦਾ ਹੋਣਾ ਤੇ ਚੀਜ਼ਾਂ ਚੇਂਜ ਹੋ ਜਾਂਦੀਆਂ ਤੇ ਆਪਾਂ ਇੱਕ ਤਾਂ ਭੁੱਲ ਵੀ ਜਾਂਦੇ ਹਾਂ ਸੋ 35-40 ਸਾਲਾਂ ਤੋਂ ਆਪਾਂ ਨੂੰ ਤਾਂ ਇਨਸਾਫ ਮਿਲ ਨਹੀਂ ਸਕਿਆ ਜਿਹੜੀ ਆਪਣੀ ਜੈਨੋਸਾਈਡ ਹੋਈ ਆ ਸੋ ਹੁਣ ਇਹ ਇੱਕ ਬੰਦਾ ਸੀ ਆਪਣਾ ਤਾਂ ਬਹੁਤ ਵੱਡਾ ਨੁਕਸਾਨ ਆ ਕਿਉਂਕਿ ਬਹੁਤ ਵੱਡੀ ਆਵਾਜ਼ ਸੀ ਹਨਾ ਕਿੱਥੇ ਤੱਕ ਜਾ ਸਕਦੀ ਸੀਗੀ ਤੇ ਹੁਣ ਉਹ ਪੰਥਕ ਲੈਵਲ ਤੇ ਗੱਲਬਾਤ ਕਰ ਰਹੇ ਸੀਗੇ ਸੋ ਮੈਨੂੰ ਤਾਂ ਇਹ ਲੱਗਦਾ ਸੈਡਲੀ ਟੂ ਸੇ ਉਹਦੇ ਪੇਰੈਂਟਸ ਲਈ ਕਿ ਉਹਨਾਂ ਦਾ ਤਾਂ ਮੈਨੂੰ ਲੱਗਦਾ ਜਿੱਦਾਂ ਆਪਣੇ 35-40 ਸਾਲ ਹੋ ਗਏ ਪੇਰੈਂਟਸ ਤੁਰੇ ਫਿਰਦੇ ਆ ਇਨਸਾਫ ਲੈਣ ਲਈ ਜਾਂ ਬੱਚਿਆਂ ਨੂੰ ਸੋਚਦੇ ਆਖਣੀ ਮੋੜੀ ਆਉਣ ਹਨਾ ਆਸ ਰੱਖੀ ਬੈਠੇ ਆ ਸ਼ਾਇਦ ਉਦਾਂ ਜਿਹੀ ਨਾ ਇਹਨਾਂ ਦਾ ਹੋ ਜਾਵੇ ਕਿ ਇਨਸਾਫ ਆਪਾਂ ਦੇਖੇ ਇੰਡੀਆ ਤਾਂ ਬਹੁਤ ਡਿਫੀਕਲਟ ਆ ਲੈਣਾ ਔਖਾ ਹੀ ਔਖਾ ਹੀ ਆ ਬਿਲਕੁਲ ਜੀ ਆਸ ਕਰਦੇ ਹਾਂ ਫਿਰ ਵੀ ਆਸਾਂ ਜਿਹੜੀਆਂ ਨੇ ਉਹ ਹੈ ਨੇ ਕਿ ਇਨਸਾਫ ਮਿਲੇ ਸਿੱਧੂ ਦੇ ਮਾਪੇ ਇਨਸਾਫ ਉਡੀਕ ਰਹੇ ਨੇ ਸਿਰਫ ਸਿੱਧੂ ਦੇ ਮਾਪੇ ਹੀ ਨਹੀਂ ਦੁਨੀਆ 'ਚ ਵਸਣ ਵਾਲੇ ਲੋਕ ਜਿਹੜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਸੀ ਉਹ ਚਾਹੁੰਦੇ ਨੇ ਕਿ ਇਨਸਾਫ ਹੋਵੇ ਜਿਹੜੇ ਲੋਕ ਅਸਲ ਦੋਸ਼ੀ ਨੇ ਉਹਨਾਂ ਨੂੰ ਲਿਆਂਦਾ ਜਾਵੇ ਕਾਰਨ ਸਾਹਮਣੇ ਆਵੇ ਆਖਰ ਕਿਉਂ ਕਤਲ ਕੀਤਾ ਗਿਆ ਐਡਾ ਵੱਡਾ ਪੰਜਾਬ ਦਾ ਉੱਭਰਦਾ ਹੋਇਆ ਜਿਹੜਾ ਸਿਤਾਰਾ ਸੀ ਸਿੱਧੂ ਮੂਸੇਵਾਲਾ ਸੋ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ ਮਿਲਦੇ ਹਾਂ ਫਿਰ।